ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਉਮੀਦ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੁਰੂ। ਗੁਰਮੁਖ ਪਿਆਰਿਓ, ਸੰਗਤ ਵਿੱਚੋਂ, ਗੁਰਮੁਖਾਂ ਵਿੱਚੋਂ ਇੱਕ ਨਿਊਜ਼ ਭੇਜੀ ਗਈ, ਇੱਕ ਖਬਰ ਦੱਸੀ ਗਈ, ਇੱਕ ਉਹਨਾਂ ਨੇ ਵਿਚਾਰ ਵੀ ਕੀਤਾ ਕਿ ਵਾਹਿਗੁਰੂ ਜੀ ਜਿਹੜੀ ਜਗ੍ਹਾ ਨਾ ਕਤਰ, ਹਾਂਜੀ ਦੋਹਾ, ਉੱਥੇ ਇੱਕ ਜਗ੍ਹਾ ਦੋਹਾ ਕਤਰ ਦੇ ਅੰਦਰ, ਉਹ ਕਹਿੰਦੇ ਵੀ ਉੱਥੇ ਇੰਜ ਹੋਇਆ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਮਹਾਰਾਜ ਦੇ ਸਰੂਪਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਵਾਹਿਗੁਰੂ। ਹੁਣ ਪਹਿਲੀ ਗੱਲ ਤਾਂ ਇਹ, ਵਾਹਿਗੁਰੂ ਜੀ, ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜਾ ਇਹ ਇਸ਼ੂ ਹੈ, ਇਹਦੇ ਵਿੱਚ ਪਹਿਲਾਂ ਇੱਕ ਗੁਰਮੁਖ ਨੇ ਨਾਲ ਹੀ ਇਹ ਗੱਲ ਕਹਿਤੀ ਕਿ ਵਾਹਿਗੁਰੂ ਜੀ, ਕਤਰ ਜਿਹੜਾ ਦੇਸ਼ ਹੈ ਉਹਦੇ ਅੰਦਰ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ, ਇਹ ਗੱਲ ਨਹੀਂ ਪਤਾ ਆਪਾਂ 'ਚੋਂ ਬਹੁਤਿਆਂ ਨੂੰ, ਵੀ ਉੱਥੇ ਇੱਕ ਕਾਨੂੰਨ ਹੈ ਕਿ ਤੁਸੀਂ ਕੋਈ ਮੰਦਰ ਜਾਂ ਗੁਰੂ ਘਰ ਦੀ ਸਥਾਪਨਾ ਹੀ ਨਹੀਂ ਕਰ ਸਕਦੇ, ਇਮਾਰਤ ਵੀ ਨਹੀਂ ਬਣਾ ਸਕਦੇ, ਕਿਸੇ ਹੋਰ ਧਰਮ, ਉਹਨਾਂ ਦੇ ਅਕੋਰਡਿੰਗ ਕਿਸੇ ਇਸਲਾਮ ਜਿਹੜਾ ਹੈ ਹੋਰ ਧਰਮ ਦੀ ਸਥਾਪਨਾ ਨਹੀਂ ਕਰ ਸਕਦੇ, ਇਸਲਾਮ ਧਰਮ ਜਿਹੜਾ ਉੱਥੇ ਉਹਨਾਂ ਦਾ ਹੈ ਉਹ ਸਿਰਫ ਉੱਥੇ ਉਹੀ ਅਲਾਊ ਕਰਦੇ, ਹੈ ਨਾ, ਅਤੇ ਉਸ ਦੇਸ਼ ਦਾ ਕਾਨੂੰਨ ਹੈ। ਚਲੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਇਹ ਕਾਨੂੰਨ ਸਹੀ ਹੈ ਜਾਂ ਗਲਤ ਹੈ ਇਹਦੇ 'ਤੇ ਨਹੀਂ ਆਪਾਂ ਗੱਲ ਕਰਨੀ, ਜਦ ਆਪਾਂ ਨੂੰ ਪਤਾ ਹੈ ਵੀ ਉੱਥੇ ਇਹ ਕਾਨੂੰਨ ਹੀ ਹੈ ਵੀ ਆਪਾਂ ਨਾ ਉੱਥੇ ਕੋਈ ਹੋਰ ਧਰਮ ਦਾ ਮੰਦਰ ਗੁਰੂ ਘਰ ਨਹੀਂ ਬਣਾ ਸਕਦੇ, ਫਿਰ ਤਾਂ ਵਾਹਿਗੁਰੂ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾਂ ਨੂੰ ਲੈ ਕੇ ਜਾਣ ਦੀ ਲੋੜ ਹੀ ਨਹੀਂ ਸੀ। ਜਿਹੜਾ ਲੈ ਕੇ ਗਿਆ, ਸਭ ਤੋਂ ਵੱਡੀ ਗਲਤੀ ਤਾਂ ਪਹਿਲਾਂ ਉਹਦੀ, ਉਹਨੂੰ ਜਾਂ ਤਾਂ ਕੀ ਗੱਲ, ਉਹਨੂੰ ਪਤਾ ਨਹੀਂ ਸੀ ਕਿ ਮੈਂ ਕਿਸ ਦੇਸ਼ 'ਚ ਲੈ ਕੇ ਚੱਲਾਂ ਜਿੱਥੇ ਸਿੱਖਾਂ ਦੀ ਆਬਾਦੀ ਜਿਹੜੀ ਹੈ ਉਹ ਵੀ ਬਹੁਤ ਥੋੜ੍ਹੀ ਹੈ, ਪਹਿਲੀ ਗੱਲ, ਜੇ ਹੋਏਗੀ ਵੀ ਤਾਂ ਨਾ ਮਾਤਰ ਥੋੜ੍ਹੀ ਬਹੁਤ ਹੋਏਗੀ, ਪਰ ਉਹਦਾ ਕਾਨੂੰਨ ਕੀ ਹੈ ਇਹ ਤਾਂ ਪਹਿਲਾਂ ਦੇਖਣਾ ਚਾਹੀਦਾ। ਹੁਣ ਵਾਹਿਗੁਰੂ ਜੀ ਕੋਈ ਧਰਮ ਹੋਵੇ, ਕੋਈ ਵੀ ਲਾ ਲਓ, ਉਹ ਬੜੇ ਦੇਸ਼ ਨੇ ਇੱਦਾਂ ਦੇ ਹੋਰ ਵੀ ਜਿੱਥੇ ਉਹ ਆਪਣੇ ਧਰਮ ਨੂੰ ਹੀ ਪਹਿਲ ਦੇ ਆਧਾਰ 'ਤੇ ਰੱਖਦੇ ਆ, ਬਾਕੀ ਕੋਈ ਇਮਾਰਤ ਜਾਂ ਮੰਦਰ ਜਾਂ ਗੁਰੂ ਘਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ, ਜੇ ਦੇ ਦੇਣ ਤਾਂ ਬਣਾ ਲਓ, ਨਹੀਂ ਦਿੰਦੇ ਤਾਂ ਉਹ ਨਹੀਂ ਬਣਾਉਣ ਦਿੰਦੇ, ਉਹ 'ਤੇ ਐਕਸ਼ਨ ਲੈਂਦੇ ਨੇ। ਅਤੇ ਵਾਹਿਗੁਰੂ ਜੀ ਫਿਰ ਇਹਦਾ ਮਤਲਬ ਅਸੀਂ ਆਪ ਹੀ ਇੱਕ ਪਾਸੋਂ ਬੇਅਦਬੀ ਕਰ ਰਹੇ ਹਾਂ, ਫਿਰ ਜਿਹਨੇ ਲੈ ਕੇ ਜਾਣਾ ਸੀ ਉਹਨੇ ਵਾਹਿਗੁਰੂ ਜੀ SGPC 'ਚੋਂ ਹੀ ਕੁਛ ਨਾ ਕੁਛ ਪਰਮਿਸ਼ਨਾਂ ਲਈਆਂ ਹੋਣਗੀਆਂ, ਜਦੋਂ ਟਰੈਵਲ ਕਰਨਾ ਹੁੰਦਾ ਤਾਂ ਬੜੀ ਵੱਡੀ ਇਹਦੀ ਇੱਕ ਫੋਰਮੈਲਿਟੀ ਹੈ, ਇੰਝ ਨਹੀਂ ਹੈਗਾ ਕਿ ਸਿੱਧਾ ਹੀ ਕੋਈ ਲੈ ਜਾਏਗਾ, ਇਹਦੀ ਬੜੀ ਵੱਡੀ ਫੋਰਮੈਲਿਟੀਜ਼ ਨੇ, ਪਤਾ ਕਿਉਂ, ਆਰਮੀ ਜਿਹੜੀ ਹੈ ਟਰੈਵਲ ਕਰਦੀ ਹੈ ਮਹਾਰਾਜ ਦੇ ਸਰੂਪ ਨੂੰ ਲੈ ਕੇ, ਵਾਹਿਗੁਰੂ, ਤਾਂ ਉਹਨਾਂ ਨੂੰ ਪਤਾ ਕੀ ਰਹਿਤ ਮਰਿਆਦਾ, ਉਹ ਸਾਰੇ ਰਲ ਮਿਲ ਕੇ ਸੇਵਾ ਕਰਦੇ ਨੇ, ਬੜੀ ਸੋਹਣੀ ਸੇਵਾ ਮਹਾਰਾਜ ਨੇ ਉਹਨਾਂ ਨੂੰ ਬਖਸ਼ੀ ਹੈ, ਅਤੇ ਵਾਹਿਗੁਰੂ ਜੋ ਟਰੈਵਲ 'ਚ ਉਹਨਾਂ ਨੂੰ ਪਤਾ ਹੈ ਕਿ ਉਹ ਟਰੈਵਲ ਇੱਕ ਅਲੱਗ ਸਿਸਟਮ ਬਣ ਗਿਆ, ਇੱਕ ਹੋ ਗਿਆ ਕਿ ਆਪਾਂ ਮਹਾਰਾਜ ਦਾ ਸਰੂਪ ਘਰ ਲਿਆ ਰਹੇ ਹਾਂ, ਉਹ ਗੱਲ ਵੱਖਰੀ ਹੈ, ਇੱਕ ਆਪਾਂ ਐਡੇ ਦੂਜੇ ਦੇਸ਼ 'ਚ ਲੈ ਕੇ ਜਾ ਰਹੇ ਹਾਂ ਜਾਂ ਦੂਜੀ ਸਟੇਟ 'ਚ ਲੈ ਕੇ ਜਾ ਰਹੇ ਹਾਂ, ਉਹ ਗੱਲਾਂ ਵੱਖਰੀਆਂ ਨੇ, ਕਿ ਉਹ ਪਲੇਨ ਦੇ ਵਿੱਚ ਸਫ਼ਰ ਹੋਣਾ, ਅਤੇ ਫਿਰ ਰਹਿਤ ਮਰਿਆਦਾ ਵੀ ਫੋਲੋ ਕਰਨੀ ਹੁੰਦੀ ਹੈ, ਅਤੇ ਪਰਮਿਸ਼ਨਾਂ ਵੀ ਚਾਹੀਦੀਆਂ, ਫਿਰ ਐਡੀ ਕਿੰਨੇ ਪਰਮਿਸ਼ਨ ਦੇ ਦਿੱਤੀ ਕਿ ਉਹ ਲੈ ਜਾਵੇ। ਫਿਰ ਇੱਥੇ ਗੱਲ ਆ ਗਈ ਜਿਨ੍ਹਾਂ ਨੇ ਕਤਰ ਜਿਹੜਾ ਦੇਸ਼ ਹੈ ਉਹਨਾਂ ਦੀ ਕੀ ਮੱਤ ਵੱਜੀ ਸੀ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇਲ੍ਹ 'ਚ ਰੱਖ ਕੇ ਇਹ ਸੋਚਿਆ ਵੀ ਤੁਹਾਡਾ ਗੁਰੂ ਇਹੀ ਹੋ ਗਿਆ ਨਾ ਉਹਨਾਂ ਦਾ ਕਹਿਣਾ ਕਿ ਅਸੀਂ ਜੇਲ੍ਹ 'ਚ ਬੰਦ ਕਰਤਾ, ਕੀ ਉਹ ਗੁਰੂ ਸਾਹਿਬ ਜੀ ਨੂੰ ਜੇਲ੍ਹ 'ਚ ਬੰਦ ਕਰ ਸਕਦੇ? ਨਹੀਂ, ਵਾਹਿਗੁਰੂ ਜੀ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹਨਾਂ ਦਾ ਗੁਰੂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਉਹ ਅੱਲਾ ਹੀ ਹੈ। ਬਿਲਕੁਲ, ਸੱਚਖੰਡ ਦੀ ਬਾਣੀ ਅੱਲਾ, ਅੱਲਾ ਦੇ ਹੀ ਬਾਣੀ ਨੂੰ ਉਹ ਬੰਦ ਕਰਦੇ ਪਏ ਨੇ, ਉਹ ਮੂਰਖ ਉਹ ਨੇ ਵਾਹਿਗੁਰੂ, ਜਿਹਨਾਂ ਨੂੰ ਪਤਾ ਹੀ ਨਹੀਂ ਵਾਹਿਗੁਰੂ ਜੀ, ਇਹ ਉਹੀ ਕਰ ਸਕਦੇ ਨੇ ਵਾਹਿਗੁਰੂ ਜੀ ਜਿਹਨਾਂ ਨੇ ਨਾ, ਵਾਹਿਗੁਰੂ ਜੀ ਜਿਹੜਾ ਆਪਣੇ ਅੱਲਾ ਨਾਲ ਨਹੀਂ ਜੁੜਿਆ ਹੋਇਆ, ਕਿਉਂਕਿ ਅੱਲਾ ਕਭੀ ਵੀ, ਵਾਹਿਗੁਰੂ ਜੀ ਉਹੀ ਗੱਲ ਹੈ, ਅੱਲਾ ਭਗਵਾਨ ਵਾਹਿਗੁਰੂ ਅਕਾਲ ਪੁਰਖ, ਠੀਕ ਹੈ, ਸਤਨਾਮ ਸਤ ਬੀਠਲ, ਇਹ ਸਭ ਵਾਹਿਗੁਰੂ ਜੀ ਇੱਕ ਦੇ ਹੀ ਨਾਮ ਹੋ ਕੇ ਵੀ ਉਸਕੇ ਨਾਮ ਨਹੀਂ ਹੈ। ਇਹਦਾ ਮਤਲਬ ਵਾਹਿਗੁਰੂ ਜੀ ਅੱਲਾ ਤੇ ਵਾਹਿਗੁਰੂ ਨੂੰ ਹੀ ਵੱਖਰਾ ਵੱਖਰਾ ਸਮਝਦੇ ਨੇ, ਉਹ ਕਹਿੰਦੇ ਸਾਡਾ ਅੱਲਾ ਕੋਈ ਹੋਰ ਹੈ, ਵਾਹਿਗੁਰੂ ਜੀ ਸਾਰੇ ਹੀ ਸਮਝਦੇ ਨੇ, ਕੋਈ ਅਗਰ ਭਗਵਾਨ ਕਹਿੰਦਾ ਹੈ ਤਾਂ ਉਹ ਭਗਵਾਨ ਨੂੰ ਕਿਸੇ ਹੋਰ ਇਮੇਜ ਵਿੱਚ ਲੈ ਕੇ ਜਾਂਦਾ ਹੈ,
ਉਹ ਐਂ ਨਹੀਂ ਸੋਚੂਗਾ ਮੈਂ ਭਗਵਾਨ ਕਰੋ ਤਾਂ ਉਹ ਵਾਹਿਗੁਰੂ ਹੀ ਹੋਇਆ। ਤਾਂ ਵਾਹਿਗੁਰੂ ਜੀ ਕੋਈ ਵਾਹਿਗੁਰੂ ਸੋਚਦੇ ਨੇ ਉਹ ਭਗਵਾਨ ਨੂੰ ਨਹੀਂ, ਮਤਲਬ ਹਰ ਕੋਈ ਨਾ ਵਾਹਿਗੁਰੂ ਜੀ ਅਲੱਗ ਅਲੱਗ ਇਮੈਜਿਨ ਕਰਦੇ ਨੇ ਕਿ ਇਹ ਜਿਹੜੇ ਟਰਬਨ ਪਾਉਂਦੇ ਨੇ ਉਹਨਾਂ ਦਾ ਵਾਹਿਗੁਰੂ ਹੈ, ਜਿਹੜੇ ਬਿਨਾਂ ਟਰਬਨ ਵਾਲੇ ਨੇ ਜਿਹਨਾਂ ਨੇ ਮੋਨੇ ਛੋਨੇ ਨੇ ਉਹਨਾਂ ਦੇ ਭਗਵਾਨ ਨੇ, ਔਰ ਉਹਨਾਂ ਦੇ ਭਗਵਾਨ ਵੀ ਬਹੁਤ ਨੇ, ਅਤੇ ਜਿਹੜੇ ਵਾਹਿਗੁਰੂ ਜੀ ਉਹ ਜਿਹੜੇ ਮੁਸਲਿਮ ਹੋ ਗਏ ਉਹਨਾਂ ਦੇ ਅੱਲਾ ਨੇ। ਵਾਹਿਗੁਰੂ ਜੀ ਹੈ ਤਾਂ ਸਭ ਏਕ, ਏਕ ਹੀ ਤਾਂ ਹੈ, ਹਮ ਸਭ ਏਕ ਸੇ ਹੀ ਪੈਦਾ ਹੋਏ ਹਾਂ, ਮੁੱਖ ਤੋਂ ਉਹਦੇ ਉਸ ਏਕ ਤੇ ਮੁੱਖ ਤੋਂ ਆਪਾਂ ਸਭ ਪੈਦਾ ਹੋਏ ਹਾਂ ਵਾਹਿਗੁਰੂ ਜੀ। ਅਤੇ ਕੀ ਕਹੀਏ ਵਾਹਿਗੁਰੂ ਜੀ। ਉਸ ਤੋਂ ਬਾਅਦ ਅਗਰ ਆਪਾਂ ਇਹ ਦੇਖੀਏ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕੀਤਾ ਉਹਨਾਂ ਨੂੰ, ਉਹਨਾਂ ਨੇ ਇਹ ਦਿਖਾਉਣਾ ਚਾਹਿਆ ਕਿ ਸਾਡੇ ਜਿਹੜੇ ਕਾਨੂੰਨ ਤੋਂ ਉਲਟ ਅਗਰ ਕੋਈ ਚੱਲੇਗਾ ਤਾਂ ਆਪਾਂ ਸਜ਼ਾ ਦੇਵਾਂਗੇ। ਜੇ ਸਜ਼ਾ ਦੇਣੀ ਤੁਸੀਂ ਉਸ ਬੰਦੇ ਨੂੰ ਦੋ ਜਿਹੜਾ ਲੈ ਕੇ ਆਇਆ, ਇਹਦੇ ਵਿੱਚ ਤੁਹਾਨੂੰ ਇੰਨੀ ਸਮਝ ਨਹੀਂ ਆਈ ਵੀ ਇਹ ਤਾਂ ਗੁਰਬਾਣੀ ਹੈ, ਇਹ ਤਾਂ ਅਕਾਲ ਪੁਰਖ ਹੈ, ਇਹ ਤਾਂ ਅਕਾਲ ਪੁਰਖ ਦੀ ਦਰਜ ਕੀਤੀ ਹੋਈ ਉਸ ਸੱਚਖੰਡ 'ਚ ਹੋਈ ਬਾਣੀ ਹੈ, ਅਤੇ ਉਹ ਅਕਾਲ ਪੁਰਖ ਕੌਣ ਹੈ? ਉਹ ਜਿਹਨੂੰ ਤੁਸੀਂ ਅੱਲਾ ਕਹਿੰਦੇ ਹੋ, ਅਤੇ ਫਿਰ ਅੱਲਾ ਅਤੇ ਅਕਾਲ ਪੁਰਖ ਉਹਦੇ 'ਚ ਕੋਈ ਫਰਕ ਹੈ ਹੀ ਨਹੀਂ। ਹਿੰਦੂ ਮੁਸਲਿਮ ਸਿੱਖ ਈਸਾਈ ਤੁਸੀਂ ਫਰਕ ਕਰ ਲਿਆ ਵਾਹਿਗੁਰੂ ਜੀ। ਇਹ ਤਦ ਹੁੰਦਾ ਹੈ ਗੁਰੂ ਸਾਹਿਬ ਜੀ ਕਹਿਣੇ, ਬਿਨਾਂ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਤਾਂ ਕੁਛ ਹੋ ਹੀ ਨਹੀਂ ਰਿਹਾ ਜੀ, ਠੀਕ ਹੈ। ਦੂਜੀ ਚੀਜ਼, ਅਗਰ ਇਹ ਚੀਜ਼ ਹੋਈ ਹੈ ਨਾ, ਜਿਸਨੇ ਇਹ ਚੀਜ਼ ਕੀ ਹੈ, ਇੱਕ ਤਾਂ ਉਸਕੇ ਕਰਮ ਬਣਨੇ ਹੈ, ਉਸਕਾ ਪਤਾ ਨਹੀਂ ਕਿਆ ਕਰਮ ਹੋਣਾ ਜਿਸਸੇ ਇਹ ਕਰਾਇਆ ਗਿਆ, ਠੀਕ ਹੈ। ਦੂਸਰਾ, ਜਿਸਨੇ ਉਸ ਚੀਜ਼ ਸੋਚ ਕੇ ਕਿ ਅੱਲਾਹ ਔਰ ਵਾਹਿਗੁਰੂ ਮੈਂ ਫਰਕ ਕਰਤਾ ਔਰ ਉਸਨੇ ਜੇਲ੍ਹ ਵਿੱਚ ਡਾਲਤਾ, ਉਸਕੇ ਅਕੋਰਡਿੰਗ ਅੱਲਾਹ ਨੂੰ ਤਾਂ ਵਾਹਿਗੁਰੂ ਜੀ ਕੋਈ ਬੰਦ ਕਰ ਹੀ ਨਹੀਂ ਸਕਦਾ, ਵਾਹਿਗੁਰੂ ਨੂੰ ਕੋਈ ਬੰਦ ਕਰ ਹੀ ਨਹੀਂ ਸਕਦਾ, ਅਤੇ ਵਾਹਿਗੁਰੂ ਜੀ ਸੋਚੋ ਉਸਕੀ ਕਿਆ ਕਰਮ ਹੋਰ ਕਰਾਉਣੇ ਨੇ ਵਾਹਿਗੁਰੂ ਜੀ, ਤਾਂ ਹੀ ਇਹ ਚੀਜ਼ਾਂ ਕਰਾਉਂਦੇ ਨੇ ਗੁਰੂ ਸਾਹਿਬ ਜੀ। ਵਾਹਿਗੁਰੂ ਜੀ ਬਿਲਕੁਲ, ਇੱਕ ਗੱਲ ਹੋਰ ਹੈ, ਜਿਹੜੇ ਵਾਹਿਗੁਰੂ ਜੀ ਇੰਨੇ ਇੰਨੇ ਆਪਣੇ ਆਪ ਨੂੰ ਪ੍ਰਧਾਨ ਸਮਝੀ ਬੈਠੇ, ਪ੍ਰਧਾਨ ਕਹਿੰਦੇ ਹੈ, ਅਤੇ ਇਹ ਕਹਿੰਦੇ ਕਿ ਸਾਡੀ ਫਲਾਣੀ ਸਰਕਾਰ ਨਾਲ ਸਿੱਧੀ ਹੈ, ਉਹਨਾਂ ਨਾਲ ਮੀਟਿੰਗਾਂ ਕਰਦੇ ਨੇ, ਅਤੇ ਜਿਹੜੀ ਅੱਜ ਸੈਂਟਰ ਦੇ ਵਿੱਚ ਸਰਕਾਰ ਹੈ ਜਿਵੇਂ ਕਿ BJP, ਉਹਨਾਂ ਦੇ ਨਾਲ ਉਹਨਾਂ ਦਾ ਉੱਠਣਾ ਬਹਿਣਾ, ਅਤੇ ਉਹ BJP ਦੇ ਹੀ ਜਿਵੇਂ ਕਹਿ ਲਓ ਪ੍ਰਧਾਨ ਨੇ, ਹੈ ਨਾ। ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਜੋ ਦਿੱਲੀ 'ਚ ਵੀ ਬੈਠੇ ਨੇ ਇੱਧਰ ਉੱਧਰ, ਕਿ ਉਹਨਾਂ ਨੂੰ ਪਤਾ ਨਹੀਂ ਕਿ 6-7 ਮਹੀਨੇ ਹੋ ਗਏ ਨੇ ਕਿ ਸਾਡੇ ਗੁਰੂ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਇਨਸਾਨ ਜਦੋਂ ਮਹਾਰਾਜ ਦੇ ਸਰੂਪਾਂ ਨੂੰ ਲੈ ਗਿਆ, ਗਲਤੀ ਤਾਂ ਉਹਦੀ ਹੈ, ਤਾਂ ਉਹ ਉਂਝ ਤਾਂ ਬੜੇ ਵੱਡੇ ਵੱਡੇ ਵਾਹਿਗੁਰੂ ਜੀ ਬਿਆਨ ਦਿੰਦੇ ਨੇ ਕਿ ਅਸੀਂ ਸਿੱਖਾਂ ਲਈ ਬੜਾ ਕੁਛ ਕਰ ਰਹੇ ਹਾਂ, ਅਸੀਂ ਇਹਨਾਂ ਲਈ ਬੜਾ ਕੁਛ ਕਰਤਾ, ਅਸੀਂ ਉਹ ਇਹ ਵੀ ਦਿਖਾ ਦਿੰਦੇ ਨੇ ਵੀ ਅਸੀਂ ਗੁਰੂ ਲਈ ਵੀ ਬੜਾ ਕੁਛ ਕਰ ਰਹੇ, ਗੁਰੂ ਤਾਂ ਸਾਡੇ ਲਈ ਕਰ ਰਹੇ ਨੇ ਗੁਰੂ ਸਾਹਿਬ, ਅਸੀਂ ਗੁਰੂ ਸਾਹਿਬ ਲਈ ਕੀ ਕੀਤਾ ਅਤੇ ਕੀ ਕਰ ਸਕਦੇ ਹਾਂ? ਕੁਛ ਵੀ ਨਹੀਂ ਕਰ ਸਕਦੇ, ਅਸੀਂ ਇਨਸਾਨ ਹੀ ਬਣ ਜਾਈਏ, ਬੜੀ ਵੱਡੀ ਗੱਲ ਹੈ। ਫਿਰ ਵਾਹਿਗੁਰੂ ਜੀ ਉਹਨਾਂ ਨੇ ਇਹਨਾਂ ਗੱਲਾਂ 'ਤੇ ਕੋਈ ਬਿਆਨ ਜਾਂ ਇਹਨੂੰ ਕੋਈ ਸੀਰੀਅਸ ਲਿਆ ਹੋਵੇ ਜਾਂ ਇਹਦੇ 'ਤੇ ਕੋਈ ਐਕਸ਼ਨ ਲਿਆ ਹੋਵੇ ਜਾਂ ਸੈਂਟਰ ਗੌਰਮੈਂਟ ਤੋਂ ਕਹਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵਾਪਸ ਲਿਆਉਣ ਦੀ ਕੋਈ ਗੱਲ ਕੀਤੀ ਹੋਵੇ ਜਾਂ ਕਿਤੇ ਪਹੁੰਚ ਕੀਤੀ ਹੋਵੇ, ਇਹ ਸਭ ਨਹੀਂ। ਹੁਣ ਆਪਾਂ ਗੱਲ ਤਾਂ ਇੱਥੇ ਕਰਾਂਗੇ ਨਾ, ਜੋ ਹੋਣਾ ਸੀ ਉਹ ਤਾਂ ਹੋਇਆ, ਪਰ ਉਸ ਤੋਂ ਬਾਅਦ ਕੀ ਬਣ ਰਿਹਾ? ਉਸ ਤੋਂ ਬਾਅਦ ਵਾਹਿਗੁਰੂ ਜੀ 6-7 ਮਹੀਨੇ ਬੀਤ ਚੁੱਕੇ ਨੇ ਇਸ ਗੱਲ ਨੂੰ, ਅਤੇ ਉਸ ਤੋਂ ਬਾਅਦ, ਹਾਂਜੀ ਵਾਹਿਗੁਰੂ ਜੀ, ਬਹੁਤ ਸਮਾਂ ਹੋ ਗਿਆ, 6-7 ਮਹੀਨੇ ਹੋ ਗਏ ਨੇ। ਵਾਹਿਗੁਰੂ ਜੀ ਮਹਾਂਮੂਰਖ ਅਤੇ ਬਹੁਤ ਪਾਪੀ, ਤੋਂ ਵਾਹਿਗੁਰੂ ਜੀ ਅਸੀਂ ਇਨਸਾਨ ਹੋ ਗਏ ਜੀ, ਜੇ ਅਗਰ 6-7 ਮਹੀਨੇ ਹੋ ਗਏ। ਔਰ ਤੇ ਵਾਹਿਗੁਰੂ ਜੀ ਮੈਂ ਇੱਕ ਚੀਜ਼ ਕਹਿਣਾ ਚਾਹੂੰਗੀ, ਐਕਚੁਅਲੀ ਤੁਹਾਨੂੰ ਪਤਾ ਨਹੀਂ ਸੀ, ਨਹੀਂ ਵਾਹਿਗੁਰੂ ਮੈਨੂੰ ਵੀ ਹੁਣੇ ਜਿਹੜੇ ਗੁਰਮੁਖ ਨੇ ਨਿਊਜ਼ ਭੇਜੀ ਸੀ ਨਾ, ਮੈਂ ਉਹਨਾਂ ਨੂੰ ਭੇਜਿਆ, ਮੈਂ ਕਿਹਾ ਵਾਹਿਗੁਰੂ ਜੀ ਗੱਲ ਕਦੋਂ ਦੀ ਹੈ ਵੀ ਇਹ ਅੱਜ ਕੱਲ੍ਹ ਦੀ ਗੱਲ ਹੈ, ਕਿਉਂਕਿ ਉਹਨਾਂ ਨੇ ਭੇਜੀ ਇਹਦੇ ਬਾਰੇ ਸਾਨੂੰ ਨਹੀਂ ਪਤਾ ਸੀ ਜਿਹੜੀ ਗੱਲ ਸੱਚ ਹੈ ਵਾਹਿਗੁਰੂ ਜੀ। ਮੈਨੂੰ ਤਾਂ ਉਹਨਾਂ ਨੇ ਜਦੋਂ ਭੇਜੀ ਹੈ ਇਹ ਸਵੇਰ ਦੀ ਗੱਲ ਹੈ, ਉਸ ਤੋਂ ਬਾਅਦ ਹੁਣ ਜਦੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤਾਂ ਇਸ ਤੋਂ 2 ਮਿੰਟ ਪਹਿਲਾਂ ਮੈਂ ਉਹਨਾਂ ਨੂੰ ਮੈਸੇਜ ਕੀਤਾ ਸੀ ਕਿ ਵਾਹਿਗੁਰੂ ਜੀ ਜਿਹੜੀ ਆਪ ਜੀ ਨੇ ਖਬਰ ਭੇਜੀ ਸੀ ਕਿ ਇੱਦਾਂ ਇੱਦਾਂ ਕਰਕੇ ਹੋਇਆ, ਅਤੇ ਮਹਾਰਾਜ ਦੇ ਸਰੂਪ ਕਦੋਂ ਗਏ ਸੀ ਲੈ ਕੇ, ਜਿਹੜੇ ਵੀ ਗੁਰਮੁਖ ਲੈ ਕੇ ਗਏ ਕਦੋਂ ਲੈ ਕੇ ਗਏ ਸੀ? ਕਹਿੰਦਾ ਵਾਹਿਗੁਰੂ ਜੀ ਅੱਜ ਕੱਲ੍ਹ ਦੀ ਗੱਲ ਨਹੀਂ ਹੈ, ਕਹਿੰਦਾ ਮੈਨੂੰ ਵੀ ਹੁਣ ਪਤਾ ਲੱਗਿਆ ਕੱਲ੍ਹ।
ਉਹਨੂੰ ਵੀ ਹੁਣ ਪਤਾ ਲੱਗ ਰਿਹਾ ਵੀ ਇੱਦਾਂ ਦੀ ਕੋਈ ਗੱਲ ਹੋਈ ਹੈ, ਕੋਈ ਇੱਦਾਂ ਦੀ ਕੋਈ ਨਿਊਜ਼, ਕਿਉਂਕਿ ਆਈ ਨਹੀਂ ਨਾ ਕਿਸੇ ਨੇ ਤੇ ਗੱਲ ਗੁਰੂ ਸਾਹਿਬ ਜੀ ਦੀ ਗੱਲ ਜਿਹੜੀ ਕਿ ਪਤਾ ਹੀ ਅੱਜ ਲੱਗੀ ਸਾਨੂੰ ਪ੍ਰੋਪਰ ਤਾਂ ਜਿਹੜੀ ਪੂਰੀ ਖਬਰ ਹੈ ਉਹ ਅੱਜ ਪਹੁੰਚੀ। ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲ ਦੇ ਆਧਾਰ 'ਤੇ ਅਸੀਂ ਇਹੀ ਮਨ ਦੇ ਵਿੱਚ ਆਇਆ ਕਿ ਇੱਥੇ ਗੱਲ ਕਰੀਏ ਸੰਗਤ, ਕਿਉਂਕਿ ਜਿਹਨਾਂ ਨੂੰ ਨਹੀਂ ਪਤਾ ਹੋਏਗਾ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ, ਆਪਾਂ ਇੰਨਾ ਹੀ ਕਰ ਸਕਦੇ ਹਾਂ। ਪਰ ਅੱਗੋਂ ਆਵਾਜ਼ ਨਹੀਂ ਚੱਕੀ ਜਾਂਦੀ, ਅੱਗੋਂ ਸਾਰੇ ਕੋਈ ਉਹਦੇ 'ਤੇ ਐਕਸ਼ਨ ਨਹੀਂ ਲੈਂਦੇ, ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਜਿਹੜੀ ਯੂਨਿਟੀ ਹੈ ਨਾ ਵਾਹਿਗੁਰੂ ਜੀ, ਤਾਂ ਹੀ ਤਾਂ ਕਹਿੰਦੇ ਅਸੀਂ ਇੱਕ ਨਹੀਂ ਹੋ ਪਾਏ ਕਦੀ। ਆਪਾਂ ਜੇ ਇੱਕ ਡਿਸੀਜ਼ਨ ਲਈਏ ਅਤੇ ਉਹਦੇ 'ਤੇ ਸਾਰੇ ਸਟੈਂਡ ਲਈਏ। ਹੁਣ ਜਿਵੇਂ ਕਿ ਮੰਨ ਲਓ ਕੋਈ ਕਹਿੰਦਾ ਵੀ ਉਹੀ ਗੱਲ ਵੀ ਮੇਰਾ ਤਾਂ ਜੀ ਚੈਨਲ ਹੀ ਨਹੀਂ ਹੈਗਾ, ਜਾਂ ਮੇਰੇ ਤਾਂ ਚੈਨਲ 'ਤੇ ਤਾਂ ਵਿਊਜ਼ ਹੀ ਨਹੀਂ ਆਉਂਦੇ ਜੀ, ਮੇਰੇ ਤਾਂ ਸਬਸਕ੍ਰਾਈਬਰ ਨਹੀਂ ਹੈਗੇ, ਸੰਗਤ ਨਹੀਂ ਜੁੜੀ ਹੋਈ, ਤਾਂ ਵਾਹਿਗੁਰੂ ਜੀ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਕੋਸ਼ਿਸ਼ ਵੀ ਨਹੀਂ ਕਰਨੀ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੋਸ਼ਿਸ਼ ਵੀ ਛੱਡ ਦੀ। ਜੇ ਆਪਣਾ ਉੱਥੇ ਤੱਕ ਹੱਥ ਨਹੀਂ ਪੈਂਦਾ ਜਾਂ ਆਪਾਂ ਚਲਾਉਣਾ ਹੀ ਨਹੀਂ ਚਾਹੁੰਦੇ ਯੂਟਿਊਬ, ਜਾਂ ਅਸੀਂ ਚੈਨਲ ਬਣਾਉਣਾ ਨਹੀਂ ਚਾਹੁੰਦੇ, ਉਹ ਗੱਲ ਵੱਖਰੀ ਹੈ। ਪਰ ਫਿਰ ਆਪਾਂ ਕੀ ਕਰ ਸਕਦੇ ਹਾਂ, ਫਿਰ ਅਸੀਂ ਇਹ ਕਰ ਸਕਦੇ ਹਾਂ ਕਿ ਆਪਣੇ ਵਟਸਐਪ ਦੇ ਸਟੇਟਸ 'ਤੇ ਜਾਂ ਇੰਸਟਾਗ੍ਰਾਮ ਜਿਹੜੇ ਚਲਾਉਂਦੇ ਉਹਦੇ 'ਤੇ ਕਿਤੇ ਤਾਂ ਕੁਝ ਪੋਸਟ ਕਰੀਏ ਤਾਂ ਕਿ ਹੋਰ ਅੱਗੇ ਗੱਲ ਵਧੇ। ਅਤੇ ਫਿਰ ਇਹ ਨਹੀਂ ਕਿ ਗੱਲ ਵਧਾ ਕੇ ਉਹਦੇ ਨਾਲ ਇੰਨਾ ਵੱਡਾ ਨਹੀਂ ਕੁਛ ਹੱਲ ਨਿਕਲਣਾ। ਫਿਰ ਵਾਹਿਗੁਰੂ ਜੀ ਜਿਵੇਂ ਹੁਣ ਅਸੀਂ ਇਸ ਟਾਈਮ ਇਹ ਗੱਲ ਕਰ ਰਹੇ ਹਾਂ, ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕਰ ਰਹੇ ਹਾਂ, ਤਾਂ ਵਾਹਿਗੁਰੂ ਜੀ ਜਦੋਂ ਵੀ ਇੱਦਾਂ ਦਾ ਕੋਈ ਮੁੱਦਾ ਆਉਂਦਾ ਤਾਂ ਅੱਗੋਂ ਨਾ ਕੋਈ ਇੱਦਾਂ ਦਾ ਸਿਸਟਮ ਤਿਆਰ ਨਹੀਂ ਹੈਗਾ ਜਿੱਥੇ ਅਸੀਂ ਇਕੱਠੇ ਹੋਏ ਹੋਈਏ, ਇਕੱਠੇ ਹੋ ਕੇ ਉਸ 'ਤੇ ਵਿਚਾਰ ਹੋਇਆ ਹੋਵੇ। ਕਿਉਂਕਿ ਵਿਚਾਰ ਕਿੱਦਾਂ ਹੁੰਦਾ ਜਦੋਂ ਸੰਗਤ ਇਕੱਠੀ ਹੁੰਦੀ ਹੈ, ਇਕੱਲਿਆਂ 'ਚ ਕੀ ਵਿਚਾਰ ਹੋਏਗਾ? ਸੰਗਤ ਦੇ ਵਿੱਚ ਬੈਠ ਕੇ ਵਿਚਾਰ ਕਰਕੇ ਉਹਦੇ ਉੱਤੇ ਇੱਕ ਕਹਿ ਲਓ ਐਕਸ਼ਨ ਲੈਣ ਦੀ ਗੱਲ ਜਿਹੜੀ ਫਾਈਨਲ ਕਿੱਥੇ ਤੱਕ ਜਾ ਸਕਦਾ ਉਹ ਹੋਇਆ ਜਾਵੇ। ਉਹ ਆਪਾਂ ਨਹੀਂ ਸੀ ਨਾ ਜਿਹੜੀ ਕਿ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲੀ। ਫਿਰ ਅੱਗੇ ਤੁਹਾਨੂੰ ਕਿਉਂ ਕਹਿਣਾ ਪਿਆ ਕਿ ਯੂਨਿਟੀ ਦੀ ਗੱਲ ਕਿਉਂ ਕਰਨੀ ਪਈ, ਇਹ ਕਿਉਂ ਕਹਿਣਾ ਪਿਆ ਕਿ ਆਪਾਂ ਆਪਣੀ ਆਪਣੀ ਆਵਾਜ਼ ਵੀ ਚੱਕੀਏ? ਕਿਉਂਕਿ ਆਪਾਂ ਕਿਸੇ 'ਤੇ ਡਿਪੈਂਡ ਨਹੀਂ ਹੋ ਕੇ ਰਹਿਣਾ ਕਿ ਇਹ ਬੋਲੇਗਾ ਤਾਂ ਸ਼ਾਇਦ ਤਾਂ ਹੀ ਕੁਛ ਹੋਣਾ। ਆਪਾਂ ਨਹੀਂ ਗੁਰੂ ਸਾਹਿਬ ਨੂੰ ਪਿਆਰ ਕਰਦੇ, ਆਪਾਂ ਅੱਛਾ ਚਲੋ ਅਗਰ ਜ਼ਰੂਰੀ ਨਹੀਂ ਕਿ ਇੱਕ ਵੀਡੀਓ ਬਣਾ ਕੇ ਗੱਲ ਕੀਤੀ ਜਾ ਸਕਦੀ ਹੈ ਜਾਂ ਉਹੀ ਇੱਕ ਆਪਸ਼ਨ ਹੈ, ਨਹੀਂ, ਆਪਸ਼ਨ ਹੋਰ ਵੀ ਬੜੇ ਨੇ ਕਿ ਇੱਕ ਵਾਹਿਗੁਰੂ ਜੀ ਆਪਣੇ ਵਿਆਹ 'ਤੇ ਅਰਦਾਸ ਕੀਤੀ ਜਾਏ ਮਹਾਰਾਜ ਨੂੰ ਕਿ ਮਹਾਰਾਜ ਜੋ ਵੀ ਇਸ ਸਮੇਂ ਹੋ ਰਹੀਆਂ ਗੱਲਾਂ ਜਿਹੜੀਆਂ ਵਾਹਿਗੁਰੂ ਜੀ ਨਹੀਂ ਹੋਣੀਆਂ ਚਾਹੀਦੀਆਂ ਸੀ, ਅਤੇ ਇਹਦਾ ਵੀ ਕੋਈ ਰੀਜ਼ਨ ਹੋਏਗਾ, ਤਾਂ ਹੀ ਮਹਾਰਾਜ ਇਹ ਹੁਕਮ ਦੇ ਵਿੱਚ ਇਹ ਸਭ ਕੁਛ ਚੱਲ ਰਿਹਾ, ਅਸੀਂ ਕਿਤੇ ਬਹੁਤ ਗਲਤ ਹੋਵਾਂਗੇ। ਫਿਰ ਵਾਹਿਗੁਰੂ ਜੀ ਦੂਜੀ ਗੱਲ ਆ ਜਾਂਦੀ, ਜ਼ਰੂਰੀ ਨਹੀਂ ਵੀਡੀਓ 'ਤੇ ਹੀ ਆਪਾਂ ਆਵਾਜ਼ ਚੱਕ ਸਕਦੇ, ਹੋਰ ਤਾਂ ਕੁਛ ਰਹਿ ਹੀ ਨਹੀਂ ਗਿਆ ਦੁਨੀਆ 'ਚ। ਜਿੱਥੇ ਵੀ ਤੁਸੀਂ ਵਿਚਰਦੇ ਹੋ, ਸੰਗਤ ਰੂਪੀ ਕਿਤੇ ਵੀ ਤੁਸੀਂ ਵਿਚਰਦੇ ਹੋ, ਕੋਈ ਵੀ ਗੁਰਮੁਖ ਮਿਲਦਾ, ਉੱਥੇ ਸਾਡਾ ਪਹਿਲਾਂ ਇਹ ਵਿਚਾਰ ਹੋਣਾ ਚਾਹੀਦਾ ਤਾਂ ਕਿ ਉਹਨੂੰ ਵੀ ਪਤਾ ਲੱਗੇ, ਤਾਂ ਉਹਨੂੰ ਅਗਰ ਨਹੀਂ ਪਤਾ ਉਹਨੂੰ ਵੀ ਪਤਾ ਲੱਗੇ ਗੱਲ ਸਾਰਿਆਂ ਤੱਕ ਪਹੁੰਚਦੀ ਤਾਂ ਹੈ ਜਦੋਂ ਪਹੁੰਚਦੀ ਹੈ। ਹੁਣ ਜਿਵੇਂ ਵਾਹਿਗੁਰੂ ਜੀ ਕਿਹੜੇ ਅੱਜ ਕੱਲ੍ਹ ਇੱਦਾਂ ਦਾ ਸਾਨੂੰ ਕੋਈ ਮਿਲ ਜਾਏਗਾ ਜਿਹਦੇ ਕੋਲ ਨਾ ਫੇਸਬੁੱਕ ਹੋਵੇ, ਨਾ ਇੰਸਟਾ ਹੋਵੇ, ਨਾ ਯੂਟਿਊਬ ਹੋਵੇ, ਕੋਈ ਵਿਰਲੇ ਹੁੰਦੇ ਨੇ, ਉਹ ਸਾਰੇ ਤਾਂ ਨਹੀਂ ਉਹਦੇ ਤੋਂ ਦੂਰ ਹੈਗੇ, ਪਰ ਕਿੰਨਿਆਂ ਕੁ ਨੇ ਉਹਦੇ ਉੱਤੇ ਗੱਲ ਕਰ ਲਈ, ਕੋਈ ਕਰਕੇ ਰਾਜੀ ਨਹੀਂ। ਅਤੇ ਫਿਰ ਆਪਾਂ ਇਹ ਜਿਹੜੇ ਨਿਊਜ਼ ਚੈਨਲ ਅਤੇ ਜਿਹਨਾਂ ਨੂੰ ਸਿਰ 'ਤੇ ਚੜਾਉਂਦੇ ਹਾਂ, ਉਹਨਾਂ ਨੇ ਤਾਂ ਇਹਦੇ 'ਤੇ ਗੱਲ ਕਰਨੀ ਵੀ ਸਹੀ ਨਹੀਂ ਸਮਝੀ ਹੈ, ਤਾਂ ਉਹ ਵੀ ਸਿੱਖ ਪਰਿਵਾਰਾਂ 'ਚੋਂ ਨੇ, ਜੇ ਸਿੱਖ ਪਰਿਵਾਰਾਂ 'ਚੋਂ ਨਹੀਂ ਹਿੰਦੂ ਪਰਿਵਾਰ ਜਾਂ ਮੁਸਲਮਾਨ ਪਰਿਵਾਰ 'ਚੋਂ ਨੇ, ਅਤੇ ਉਹ ਵੀ ਤਾਂ ਸਤਿਕਾਰ ਜਿਹਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਗੱਲ ਤਾਂ ਉਹਦੀ ਹੈ। ਆਪਾਂ ਉਹਨਾਂ ਤੋਂ ਲੈ ਕੇ ਖਾ ਤਾਂ ਰਹੇ ਹਾਂ, ਪਰ ਅਸੀਂ ਵਾਹਿਗੁਰੂ ਜੀ ਉਹਨਾਂ ਦਾ ਕਦੀ ਉਹਨਾਂ ਬਾਰੇ ਗੱਲ ਵੀ ਕਰਨਾ ਠੀਕ ਨਹੀਂ ਸਮਝਦੇ। ਕਿਹਦੇ ਬਾਰੇ? ਗੁਰੂ ਸਾਹਿਬ ਬਾਰੇ। ਸਤਿ ਅੱਜ ਕੇ ਟਾਈਮ 'ਤੇ ਵਾਹਿਗੁਰੂ ਜੀ ਜਿਹੜੇ ਸਾਡੇ ਹਿੰਦੂ ਭਾਈ ਭੈਣ ਨੇ ਵਾਹਿਗੁਰੂ ਜੀ ਉਹ ਆਵਾਜ਼ ਉਠਾ ਰਹੇ ਨੇ, ਅਤੇ ਉਹਦਾ ਜਵਾਬ ਵੀ ਜੋ ਹੈ ਸਾਨੂੰ ਸਾਰਿਆਂ ਨੂੰ ਪਤਾ ਕਿ ਗੁਰੂ ਸਾਹਿਬ ਜੀ ਨੂੰ ਕੈਦ ਕੀਤਾ ਜਾ ਸਕਦਾ ਕਿਸੇ ਇਨਸਾਨ ਵੱਲੋਂ ਕਦੀ ਇੱਦਾਂ ਕੋਸ਼ਿਸ਼ ਹੋ ਸਕਦੀ ਹੈ ਜਾਂ ਕਰ ਸਕਦਾ? ਆਪਾਂ ਜੋ ਮਰਜ਼ੀ ਸੋਚੀ ਜੀ ਕਿ ਅਸੀਂ ਆਹ ਕਰਤਾ ਆ ਕਰਤਾ, ਗੁਰੂ ਸਾਹਿਬ ਤੱਕ ਵਾਹਿਗੁਰੂ ਜੀ ਕਦੀ ਵੀ ਕੈਦ ਨਹੀਂ ਹੋ ਸਕਦੇ। ਅਕਾਲ ਪੁਰਖ ਜੀ ਨੇ ਉਹ, ਠੀਕ ਹੈ ਵਾਹਿਗੁਰੂ ਜੀ, ਜਿਹੜੀ ਗੁਰਬਾਣੀ ਹੈ ਉਹ ਸੱਚਖੰਡ ਤੋਂ ਪ੍ਰਗਟ ਹੋਈ ਹੈ, ਮਹਾਰਾਜ ਨੇ ਸੱਚਖੰਡ ਤੋਂ ਪ੍ਰਗਟ ਕੀਤੀ, ਅਤੇ ਵਾਹਿਗੁਰੂ ਜੀ ਇਹਨਾਂ ਨੂੰ ਕਦੀ ਬੰਨਿਆ ਜਾ ਸਕਦਾ, ਕਿਤੇ ਕੈਦ ਕੀਤਾ ਜਾ ਸਕਦਾ, ਕਿਸੇ ਕਮਰੇ ਇੱਕ ਚਾਰ ਦੀਵਾਰੀ 'ਚ ਕੈਦ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ? ਤਾਂ ਇਹ ਸੋਚ ਦੀ ਗੱਲ, ਇਹ ਵਿਚਾਰ ਦੀ ਗੱਲ ਹੈ ਕਿ ਵਾਹਿਗੁਰੂ ਜੀ ਸਾਡੇ ਅਕਾਲ ਪੁਰਖ ਜੀ ਤਾਂ ਕਣ ਕਣ 'ਚ ਮੌਜੂਦ ਨੇ, ਜੇ ਉੱਥੇ ਇੱਕ ਜਗ੍ਹਾ ਕੈਦ ਕਰਤਾ ਉਹਨਾਂ ਨੂੰ ਲੱਗਦਾ, ਤਾਂ ਇਹਦਾ ਮਤਲਬ ਉਹ ਇਹ ਮੰਨਦੇ ਨੇ ਕਿ ਬਾਹਰ ਨਹੀਂ ਹੈਗਾ, ਅੰਦਰ ਹੀ ਹੈ,
ਤਾਂ ਵਾਹਿਗੁਰੂ ਜੀ ਉਹਨਾਂ ਨੂੰ ਹਜੇ ਨਾ ਇੰਨੀ ਸਮਝ ਹੀ ਨਹੀਂ ਹੈਗੀ, ਉਹ ਇੱਕ ਚਾਰ ਦੀਵਾਰੀ ਦੇ ਵਿੱਚ ਹੀ ਸਭ ਕੁਝ ਸਮਝਦੇ ਨੇ ਵੀ ਇਹ ਮਸਜਿਦ ਹੈ ਅਤੇ ਇੱਥੇ ਅਸੀਂ ਅੱਲਾ ਨੂੰ ਲੱਭ ਸਕਦੇ ਹਾਂ। ਨਹੀਂ, ਅੱਲਾ ਤਾਂ ਫਿਰ ਬਾਹਰ ਵੀ ਹਾਜ਼ਰ ਹੈ। ਵਾਹਿਗੁਰੂ ਜੀ ਜੇਲ੍ਹ ਮੇਂ ਡਾਲਨਾ ਨਾ ਸੋਚ ਕੇ ਕੁਛ ਔਰ ਵੋ ਉਹਨਾਂ ਨੇ ਆਪਣੇ ਅੱਲਾ ਕੋ ਹੀ ਡਾਲਤਾ। ਬਿਲਕੁਲ। ਦੂਜੀ ਚੀਜ਼ ਵਾਹਿਗੁਰੂ ਜੀ ਨਿਹੰਗ ਸਿੰਘੋ ਕੇ ਪਾਸ, ਉਹ ਨਿਹੰਗ ਸਿੰਘੋ ਨੇ ਵਾਹਿਗੁਰੂ ਜੀ ਪ੍ਰਕਾਸ਼ ਕੀਤੇ ਹੋਏ ਦਸਮ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ। ਵਹਾਂ ਕਦੀ ਬੇਦ ਵੀ ਹੋਈ, ਕਿਉਂਕਿ ਉਹਨਾਂ ਦੇ ਔਰੇ ਦੇਖੋ, ਇਹ ਪਿਤਾ ਜੀ ਨਾ ਸਾਨੂੰ ਦਿਖਾਉਂਦੇ ਨੇ ਜਿਨ੍ਹਾਂ ਦੇ ਔਰੇ ਹੀ ਨਹੀਂ, ਜਿਨ੍ਹਾਂ ਦੇ ਨਾਮ ਦੀ ਬੰਦਗੀ ਹੀ ਨਹੀਂ ਕੀਤੀ, ਜਿਸਨੇ ਵਾਹਿਗੁਰੂ ਬਾਣੀ ਹੀ ਨਹੀਂ ਵਿਚਾਰੀ, ਉਹ ਵਾਹਿਗੁਰੂ ਜੀ ਉਹ ਖੁਦ ਨੂੰ ਤੋਂ ਸੰਭਾਲ ਨਹੀਂ ਸਕੇ, ਗੁਰੂ ਸਾਹਿਬ ਜੀ ਨੂੰ ਕਿਵੇਂ ਕਰ ਲੇਂਗੇ? ਤਾਂ ਹੀ ਵਹਾਂ ਗੁਰੂ ਸਾਹਿਬ ਜੀ ਉਹਨਾਂ ਦਾ ਆਇਨਾ ਔਰ ਸਾਨੂੰ ਉਹਨਾਂ ਦਾ ਆਇਨਾ ਦਿਖਾਉਣ ਲਈ ਨਾ ਇਹ ਚੀਜ਼ ਕਰਾਉਂਦੇ ਨੇ। ਇਹ ਬੜੀ ਵਾਹਿਗੁਰੂ ਜੀ ਅੱਗੇ ਵੀ ਗੱਲ ਟੈਲੀਗ੍ਰਾਮ 'ਤੇ ਵੀ ਕੀਤੀ ਸੀ, ਇੱਕ ਵੀਡੀਓ 'ਚ ਛੋਟੀ ਜਿਹੀ ਇਹਦੇ 'ਤੇ ਸ਼ੋਰਟ ਜਿਹੀ ਇੱਕ ਗੱਲ ਕੀਤੀ ਸੀ ਕਿ ਵਾਹਿਗੁਰੂ ਜੀ ਅਸੀਂ ਤਾਂ ਗੁਰੂ ਸਾਹਿਬ ਜੀ ਨੂੰ ਥੋੜ੍ਹੀ ਕੁਛ ਦੇ ਸਕਦੇ ਹਾਂ, ਆਪਾਂ ਤਾਂ ਉਹਨਾਂ ਤੋਂ ਮੰਗਣ ਵਾਲੇ ਹਾਂ, ਉਹ ਸਾਨੂੰ ਦੇਣ ਵਾਲੇ ਨੇ, ਸਭ ਕੁਛ ਉਹਨਾਂ ਦਾ ਬਖਸ਼ਿਆ, ਸਾਹ ਹੋਵੇ, ਸਰੀਰ ਹੋਵੇ, ਮਨੁੱਖੀ ਜਾਮਾ ਹੋਵੇ, ਨਾਮ ਬੰਦਗੀ ਹੋਵੇ, ਸੇਵਾ ਮਹਾਰਾਜ ਜਿਹੜੀ ਕਰਾਉਂਦੇ ਨੇ ਆਪ ਕਰਵਾਉਂਦੇ ਨੇ, ਅਸੀਂ ਕੌਣ ਆ ਕਰਨ ਵਾਲੇ। ਪਰ ਇੱਥੇ ਇੱਕ ਗੱਲ ਹੈ, ਵਾਹਿਗੁਰੂ ਜੀ ਬਿਲਕੁਲ ਸਹੀ ਗੱਲ ਕਹੀ, ਔਰਾ ਜਿਹੜਾ ਨਿਹੰਗ ਸਿੰਘਾਂ ਕੋਲ ਹੈ ਜੋ ਤਿਆਰ ਬਰ ਤਿਆਰ ਨੇ, ਮਹਾਰਾਜ ਨੂੰ ਪਤਾ ਹੈ ਮੇਰੇ ਹੁਕਮ 'ਚ ਚੱਲ ਰਹੇ ਨੇ, ਅਤੇ ਇਹਨਾਂ ਦੀ ਸੇਵਾ ਜਿਹੜੀ ਹੈ ਉਹ ਪ੍ਰਵਾਨ ਵੀ ਹੈ, ਅਤੇ ਵਾਹਿਗੁਰੂ ਜੀ ਉਹਨਾਂ ਨੇ ਆਪਣੇ ਆਪ ਨੂੰ ਵੀ ਮਹਾਰਾਜ ਦੇ ਸਪੁਰਦ ਕੀਤਾ, ਮਹਾਰਾਜ ਨੂੰ ਆਪਣਾ ਸੀਸ ਅਸਲ 'ਚ ਭੇਟ ਕੀਤਾ। ਅਤੇ ਜਿਹੜਾ ਵੀ ਗੁਰੂ ਦੇ ਬਚਨਾਂ 'ਤੇ ਚੱਲਦਾ, ਜਿਹਨੇ ਆਪਣਾ ਸੀਸ ਸੱਚ ਵਿੱਚ ਭੇਟ ਕੀਤਾ ਨਾ ਵਾਹਿਗੁਰੂ ਜੀ, ਉੱਥੇ ਇੱਦਾਂ ਦੀ ਕੋਈ ਖੇਡ ਵਾਪਰਨ ਦੀ ਕਦੀ ਗੱਲ ਵੀ ਨਹੀਂ ਹੋਈ। ਅਤੇ ਵਾਹਿਗੁਰੂ ਜੀ ਆਪਾਂ ਦੇਖ ਰਹੇ ਹਾਂ ਸਾਰੇ ਪਾਸੇ, ਪਰ ਤੁਸੀਂ ਦੇਖੋ ਇੱਕ ਗੱਲ ਇੱਥੇ ਸਮਝਣ ਵਾਲੀ ਹੈ, ਚਾਹੇ ਆਪਾਂ ਗੱਲ ਕਿਸੇ ਗੁਰੂ ਘਰ ਦੀ ਕਰੀਏ, ਚਾਹੇ ਅੱਜ ਅਸੀਂ ਗੱਲ ਕਰੀਏ ਕਿੱਥੇ ਦੀ ਵੀ, ਆਪ ਜੀ ਕਰ ਲਓ ਜਿੱਥੇ ਵੀ ਬੇਦਬੀਆਂ ਹੋ ਰਹੀਆਂ ਨੇ ਅੱਜ ਦੇ ਸਮੇਂ 'ਚ, ਵਾਹਿਗੁਰੂ ਜੀ ਉੱਥੇ ਜਾਂ ਤਾਂ ਪ੍ਰਧਾਨ ਆਪਸ 'ਚ ਲੜ ਰਹੇ ਨੇ ਪ੍ਰਧਾਨਗੀ ਲੈਣ ਲਈ, ਕਾਹਦੇ ਲਈ, ਮਾਇਆ ਪਿੱਛੇ ਲੱਗੇ ਨੇ। ਹੁਣ ਉਹ ਵੀ ਜਿੱਥੇ ਹੁਣ ਬੇਦ ਵੀ ਹੋਈ ਖਤਰ ਲੈ ਕੇ, ਕੀ ਪਤਾ ਉਹ ਵੀ ਮਾਇਆ ਦੇ ਚੱਕਰ 'ਚ ਹੀ ਮਹਾਰਾਜ ਲੈ ਕੇ ਜਾਣ ਦਾ ਹੋਰ ਕੋਈ ਰੀਜ਼ਨ ਹੀ ਨਹੀਂ ਸੀ। ਅਤੇ ਜੇ ਉਹ ਇਹ ਕਹਿ ਦੇਵੇ ਕਿ ਮੈਂ ਤਾਂ ਬਾਣੀ ਪੜ੍ਹਨ ਲਈ, ਪਹਿਲ ਦੇ ਆਧਾਰ 'ਤੇ ਤਾਂ ਉੱਥੇ ਅਲਾਓ ਨਹੀਂ ਹੈਗਾ ਸੀ ਕੋਈ ਦੂਜੇ ਧਰਮ ਦਾ ਉੱਥੇ ਕੋਈ ਇਮਾਰਤ ਬਣਾਉਣੀ ਜਾਂ ਕੋਈ ਸੇਵਾ ਕਰਨੀ। ਫਿਰ ਤੁਸੀਂ ਅਗਰ ਗੁਰਬਾਣੀ ਹੀ ਪੜ੍ਹਨੀ ਸੀ, ਵਿਚਾਰਨੀ ਸੀ, ਤੁਸੀਂ ਫੋਨ 'ਚੋਂ ਵੀ ਵਿਚਾਰ ਸਕਦੇ ਸੀ। ਬਹੁਤ ਗੁਰਮੁਖ ਇਸ ਟਾਈਮ ਕਤਰ 'ਚ ਬੈਠੇ ਨੇ, ਉਹ ਕਹਿੰਦੇ ਸੀ ਤਾਂ ਬਾਬਾ ਜੀ ਫੋਨ 'ਚ ਹੀ ਪਾਠ ਕਰਦੇ ਪਏ, ਅਸੀਂ ਫੋਨ 'ਚੋਂ ਜਪਜੀ ਸਾਹਿਬ ਪੜ੍ਹਦੇ ਪਏ, ਫੋਨ 'ਚੋਂ ਹੀ ਵਾਹਿਗੁਰੂ ਜੀ ਸੁਖਮਨੀ ਸਾਹਿਬ ਪੜ੍ਹਦੇ, ਵਾਹਿਗੁਰੂ ਜੀ ਮਾਇਆ ਦੇ ਪਿੱਛੇ, ਤਾਂ ਮਾਇਆ ਦਾ ਚੱਕਰ ਹੈ ਇੱਥੇ। ਫਿਰ ਇੱਥੇ ਗੱਲ ਜਿਹੜੀ ਮੇਨ ਆ ਗਈ ਵਾਹਿਗੁਰੂ ਜੀ ਕਿ ਜਿੱਥੇ ਜਿੱਥੇ ਬੇਦ ਵੀ ਹੋ ਰਹੀ, ਆਪ ਜੀ ਇੱਕ ਵਾਰੀ ਨਜ਼ਰ ਘੁਮਾ ਕੇ ਦੇਖੋ ਅਤੇ ਥੋੜ੍ਹਾ ਬੈਠ ਕੇ ਵਿਚਾਰ ਕੇ ਦੇਖੋ ਕਿ ਵਾਹਿਗੁਰੂ ਜੀ ਉਹ ਸਾਰੇ ਕਿਤੇ ਨਾ ਕਿਤੇ ਹੁਣ ਤਾਂ ਹੀ ਤਾਂ ਉਹ ਦੱਸਣ 'ਤੇ ਵੀ ਨਹੀਂ ਤਿਆਰ ਹੁੰਦੇ ਵੀ ਬੇਦ ਵੀ ਹੋ ਗਏ, ਤਾਂ ਲੋਕਾਂ ਤੋਂ ਤੁਰ ਪੈਂਦੇ ਨੇ ਕਿਉਂਕਿ ਉਹਨਾਂ ਨੂੰ ਵਾਹਿਗੁਰੂ ਜੀ ਕੋਈ ਫਰਕ ਨਹੀਂ ਬਹੁਤਾ ਪੈ ਰਿਹਾ, ਉਹ ਮਾਇਆ ਦੇ ਜੰਜਾਲ 'ਚ ਫਸੇ ਹੋਏ ਨੇ, ਫਿਰ ਆਪਸ 'ਚ ਲੜਦੇ ਨੇ, ਪ੍ਰਧਾਨਗੀਆਂ ਨਾਲ ਹੀ ਲੜਦੇ ਨੇ, ਫਿਰ ਇਹ ਕਹਿ ਦਿੰਦੇ ਨੇ ਤੇਰੀ ਦੂਜੀ ਜਾਤ ਹੈ, ਤੂੰ ਉਸ ਗੁਰੂ ਘਰ 'ਚ ਜਾ, ਇੱਥੇ ਤਾਂ ਸਿਰਫ ਆਹ ਜਾਤ ਦੇ ਲੋਕ ਆਉਣਗੇ। ਜਦੋਂ ਅਸੀਂ ਇਹੋ ਜਿਹੇ ਕੰਮ ਕਰਾਂਗੇ ਨਾ ਤਾਂ ਫਿਰ ਮਹਾਰਾਜ ਸਾਨੂੰ ਆਇਨਾ ਦਿਖਾ ਰਹੇ ਨੇ, ਮਹਾਰਾਜ ਸਾਨੂੰ ਸ਼ੀਸ਼ਾ ਦਿਖਾ ਰਹੇ ਨੇ ਵੀ ਜਦੋਂ ਤੱਕ ਤੁਸੀਂ ਨਹੀਂ ਸੁਧਰੋਗੇ ਨਾ ਤਾਂ ਤੁਹਾਡਾ ਜਿਹੜਾ ਗੁਰੂ ਦਾ ਆਸ਼ੀਰਵਾਦ ਹੈ ਤੁਹਾਡੇ 'ਤੇ ਕਦੇ ਆਉਣਾ ਵੀ ਨਹੀਂ ਹੈਗਾ। ਸਾਡੇ ਵਰਗਿਆਂ 'ਤੇ ਕਿੱਦਾਂ ਆ ਜਾਏ ਵਾਹਿਗੁਰੂ ਜੀ ਜਦੋਂ ਅਸੀਂ ਆਪਣੇ ਗੁਰੂ ਦੀ ਗੱਲ ਹੀ ਨਹੀਂ ਮੰਨ ਰਹੇ? ਠੀਕ ਹੈ ਨਾ, ਤਾਂ ਆਪਾਂ ਸੁਧਰੀਏ। ਇਹ ਵਾਹਿਗੁਰੂ ਜੀ ਆਪ ਜੀ ਨਾਲ ਇਹ ਵਿਚਾਰ ਕਰਨਾ ਸੀ। ਫਿਰ ਕਿਸੇ ਵੀਡੀਓ ਵਿੱਚ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਆਓ ਫਤਿਹ ਦੀ ਸਾਂਝ ਪਾਈਏ। ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।